ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਨ ਘਟੇ ਮੈਂ ਤੋ ਮੋਲ ਮਹੰਗੀ ਲਈ ਜੀ ਸਟੇ ਸੋ ਇਹ ਜਿਹੜੀ ਗੁਰਬਾਣੀ ਦੀ ਪੰਕਤੀ ਆ ਇਸ ਪੰਕਤੀ ਦੇ ਉੱਤੇ ਕੋਈ ਬਿਰਲੀ ਅਵਸਥਾ ਵਾਲਾ ਗੁਰਮੁਖ ਸੱਜਣ ਪਹੁੰਚਦਾ ਹੈਗਾ ਜਿਸ ਦੀ ਪ੍ਰੀਤ ਪਰਮੇਸ਼ਰ ਦੇ ਨਾਲ ਗੁਰਬਾਣੀ ਦੇ ਨਾਲ ਬਾਣੇ ਆਉਂਦੀ ਆ ਤੇ ਉਹਦੇ ਉੱਤੇ ਇਹ ਜਿਹੜੀ ਪੰਕਤੀ ਹੈ ਨਾ ਇਹ ਪੂਰਨ ਟੁਕਦੀ ਆ ਕਿ ਹੋਂ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਕਿ ਮੈਂ ਆਪਣੇ ਪ੍ਰੀਤਮ ਨੂੰ ਪਿਆਰੇ ਨੂੰ ਪ੍ਰਭੂ ਨੂੰ ਦੇਖਣ ਤੋਂ ਬਿਨਾ ਰਹਿ ਨਹੀਂ ਸਕਦਾ ਸੋ ਇਹੋ ਜੀ ਪ੍ਰੀਤ ਜਿਹਨਾਂ ਗੁਰਮੁਖ ਸੱਜਣਾ ਦੀ ਬਣੀ ਆ ਅੱਜ ਤੱਕ ਇਤਿਹਾਸ ਦੇ ਅੰਦਰ ਦਾਸ ਅੱਜ ਉਹਨਾਂ ਦੇ ਦਰਸ਼ਨਾਂ ਦੀ ਕੁਝ-ਕੁਝ ਝਲਕ ਆਪਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇੱਕ ਇਤਿਹਾਸ ਜੀ ਸੱਜਣਾਉਂਦੇ ਆ ਜਿਨ੍ਹਾਂ ਦਾ ਨਾਂ ਸੀਗਾ ਬੁੱਧੂ ਸ਼ਾਹ ਇਹ ਜਿਹੜੇ ਬੁੱਧੂ ਸਾਹਿਬ ਸ਼ਾਜਨ ਸਗੇਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੋਏ ਆ ਇਹਨਾਂ ਦਾ ਨਾਮ ਜਣੀ ਪਿੰਨਾ ਸ਼ਾ ਹੁੰਦਾ ਸੀਗਾ ਪ੍ਰਸ਼ਾਹ ਦੀ ਨਾਲ ਬੁੱਧੂ ਜਿਹੜਾ ਹਰ ਹੈ ਉਹ ਇਸ ਕਰਕੇ ਲੋਕਾਂ ਨੇ ਜੋੜਿਆ ਬੁੱਧੂ ਦਾ ਮਤਲਬ ਹੈ ਕਮਲਾ ਇਹਨਾਂ ਦਾ ਜਿਹੜਾ ਕਮਲ ਜਾਂ ਪੰਨ ਸੀਗਾ ਲੋਕਾਂ ਦੇ ਵਾਸਤੇ ਉਹ ਇੰਨਾ ਜ਼ਿਆਦਾ ਜਿਹੜਾ ਸੀ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੁੰਦਾ ਸੀਗਾ ਕਿ ਜਦੋਂ ਇਹ ਗੁਰਸਿੱਖ ਪਿਆਰੇ ਬ੍ਰਹਮ ਗਿਆਨੀ ਕਹਿ ਲੋ ਅਸੀਂ ਵਸਤਾ 'ਚ ਪਹੁੰਚੇ ਹੋਏ ਇਹ ਮਹਾਤਮਾ ਗੁਰਸਿੱਖ ਜਦ ਸ਼ਾਮ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖ ਹਸਣ ਕਰਦੇ ਹੁੰਦੇ ਸਿਗੇ ਸੁਖ ਹਸਣ ਦੇ ਸਮੇਂ ਇਹਨਾਂ ਨੂੰ ਬਹੁਤ ਪੀੜਾ ਹੁੰਦੀ ਸੀ ਕਿਉਂ ਕਿ ਕਿਉਂਕਿ ਸਾਰਾ ਦਿਨ ਗਰਬਾਣੀ ਪੜਦੇ ਰਹਿੰਦੇ ਸੀ ਤੇ ਇਹਨੇ ਗਰਬਾਣੀ ਪੜਨੀ ਤੇ ਇਸ ਤਰ੍ਹਾਂ ਆਪਣੀ ਮਸਤੀ ਦੇ ਵਿੱਚ ਗਰਬਾਣੀ ਦਾ ਰਸ ਲੈਣਾ ਪਰ ਜਦ ਰਾਤ ਹੋਣੀ ਰਾਤ ਨੂੰ ਜਿਵੇਂ ਮਰਜ਼ਾ ਦਾ ਹੈਗੇ ਕਿ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਖ ਹਸਣ ਕਰਨਾ ਤੇ ਜਦੋਂ ਇਹਨਾਂ ਨੇ ਸੁਖ ਹਸਣ ਕਰਨਾ ਹਣ ਤਾਂ ਇਹਨਾਂ ਦੀਆਂ ਭੂਬਾਂ ਨਿਕਲ ਜਾਣੀਆਂ ਇਹਨਾਂ ਨੇ ਬਹੁਤ ਰੋ ਕੇ ਬਰਲਾਵ ਕਰਕੇ ਸੁਖ ਹਸਣ ਕਰਨਾ ਸੁਖ ਹਸਣ ਕਰਕੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਆਸਣ ਹੈਗਾ ਜਦ ਇਹਨਾਂ ਨੇ ਦੂਸਰੇ ਕਮਰੇ ਦੇ ਵਿੱਚ ਲਿਜਾ ਕੇ ਰੱਖਣਾ ਪਰ ਉਹ ਕਮਰੇ ਦਾ ਦਰਵਾਜ਼ਾ ਕਦੀ ਬੰਦ ਨਹੀਂ ਸੀ ਕਰਦੇ ਉਸ ਨੂੰ ਥੋੜਾ ਖੁੱਲ੍ਹਾ ਰੱਖਣਾ ਤੇ ਆਪ ਜਿਹੜਾ ਸੀ ਕਮਰੇ ਦੇ ਦਰਵਾਜ਼ੇ ਦੇ ਥੋੜਾ ਜਿਹੜਾ ਸੀ ਪਿੱਛੇ ਹਟ ਕੇ ਬਹਿ ਜਾਣਾ ਤੇ ਆਪ ਸਾਰੀ ਰਾਤ ਇਸੇ ਤਰ੍ਹਾਂ ਹੀ ਰੋਂਦੇ ਰੋਂਦੇ ਗੁਰੂ ਗ੍ਰੰਥ ਸਾਹਿਬ ਨੂੰ ਟਿਕ ਟਕੀ ਲਾ ਕੇ ਦੇਖਦੇ ਰਹਿਣਾ ਜਿਵੇਂ ਚਕੌਰ ਚੰ드ਰਮਾ ਨੂੰ ਪੂਨਮਾਸੀ ਦੀ ਰਾਤ ਨੂੰ ਦੇਖਦੀ ਆ ਇਸ ਤਰ੍ਹਾਂ ساری ਰਾਤ ਦੇਖਦੇ ਹੁੰਦੇ ਸੀ ਇਹਨਾਂ ਦੀ ਇਸ ਪ੍ਰੀਤ ਨੂੰ ਜਾਂ ਇਸ ਹਰਕਤ ਨੂੰ ਦੇਖ ਕੇ ਲੋਕਾਂ ਨੇ ਇਹਨਾਂ ਨੂੰ ਜਿਹੜਾ ਸੀਗਾ ਬੁੱਧੂ ਕਮਲਿਆ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੇ ਭਾਈ ਕਮਲਾ ਹੈਗਾ ਇਹ ساری ਰਾਤ ਬਿਨਾਂ ਬਜਾ ਰੋਂਦਾ ਰਹਿੰਦਾ ਹੈਗਾ ਪਰ ਇਹਨਾਂ ਦੀ ਜਿਹੜੀ ਪੀੜਾ ਸੀ ਇਹ ਹੀ ਜਾਣਦੇ ਹੁੰਦੇ ਸੀ ਕਿਉਂ ਕਿਉਂਕਿ ਇਹਨਾਂ ਦੇ ਉੱਤੇ ਇਹ ਜਿਹੜੀ ਪੰਕਤੀ ਸੀ ਪੂਨ ਢੋਕਦੀ ਸੀ ਕਿ ਮੇਰੀ ਪ੍ਰੀਤ ਗੋਵਿੰਦ ਸਿੰਘ ਜੈਨੇ ਕੱਟੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ ਸੋ ਐਸੇ ਗੁਰਮੁਖ ਸੱਜਣ ਪਿਆਰੇ ਸੀ ਪਰ ਇਹਨਾਂ ਗੁਰਮੁਖ ਸੱਜਣ ਪਿਆਰਿਆਂ ਦੀ ਯਾਦ ਇਸ ਗਤੀਵਿਧੀ ਜਿਹੜੀ ਸੀਗੀ ਪ੍ਰੇਮ ਦੀ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗੀ ਸੀ ਹੈਨਾ ਕਹਿੰਦੇ ਉਹ ਚੱਲ ਕੇ ਦਰਸ਼ਨ ਕਰਨ ਆਏ ਸੀ ਇਹਨਾਂ ਸੱਜਣਾ ਦੇ ਯਾ ਦਰਸ਼ਨ ਕਰਨ ਆਏ ਤੇ ਲੋਕ ਇਹਨਾਂ ਨੂੰ ਬੁੱਧੂ ਸ਼ਾਹ ਕਹਿੰਦੇ ਹੁੰਦੇ ਸੀ ਪਰ ਰਣਜੀਤ ਸਿੰਘ ਨੇ ਲਫ਼ਜ਼ ਜਿਹੜੇ ਸੀਗੇ ਹੈਨਾ ਇਹ ਉਲਟ ਵਰਤੇ ਜਦ ਇਹਨਾਂ ਦੇ پاس ਆਏ ਤੇ ਇਹਨਾਂ ਨੂੰ ਕਹਿਣ ਲੱਗੇ ਕਿ ਮੈਂ ਸ਼ਾਹ ਬੁੱਧੂ ਨੂੰ ਮਿਲਣਾ ਹੈਗਾ ਇਹਨਾਂ ਨੇ ਲਫ਼ਜ਼ ਰਣਜੀਤ ਸਿੰਘ ਨੇ ਪਹਿਲਾਂ ਸ਼ਾਹ ਰੱਖਿਆ ਸੀਗਾ ਜਦ ਇੰਨੀ ਗੱਲ ਹੋਈ ਤੇ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਬੇਗਰ ਸ਼ਾਹ ਨੂੰ ਮਿਲਣਾ ਸ਼ਾਹ ਅੰਦਰ ਵਾ ਅਗਰ ਬੁੱਧੂ ਨੂੰ ਮਿਲਣਾ ਤਾਂ ਬੁੱਧੂ ਬਾਹਰ ਬੈਠਾ ਹੈਗਾ ਆਪਦੇ ਪਾਸ ਖੜਾ ਹੈਗਾ ਜਦ ਇੰਨੀ ਗੱਲ ਹੋਈ ਤਾਂ ਰੰਜੀਤ ਸਿੰਘ ਜਿਹੜਾ ਸੀਗਾ ਇਹਨਾਂ ਦੇ ਚਰਨਾਂ ਦੇ ਝੁਕ ਗਿਆ ਸੀਗਾ ਬੁੱਧੂ ਸ਼ਾਹ ਜੀ ਐਸੇ ਬ੍ਰह्मਗਣੀ ਮਹਾਂਪੁਰਖ ਹੋਇਆ ਸੋ ਫਿਰ ਰਣਜੀਤ ਸਿੰਘ ਨੇ ਕਿਹਾ ਕਿ ਇਹੋ ਜੇ ਅਗਰ ਸੱਜਣ ਮੇਰੇ ਪੰਥ ਵਿੱਚ ਹੋਣਗੇ ਤੇ ਮੇਰਾ ਪੰਥ ਮੇਰੀ ਫੌਜ ਮੇਰਾ ਰਾਜ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਤੇ ਮੈਂ ਇਹੋ ਜੇ ਗੁਰਸਿੱਖਾਂ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਹਮੇਸ਼ਾ ਉਤਾਪਲਾ ਰਹਿੰਦਾ ਹੈਗਾ ਤੇ ਦੇਖੋ ਫਿਰ ਰਣਜੀਤ ਸਿੰਘ ਜਿਹੜੇ ਸੀਗੇ ਇਸ ਮੁੱਧੂ ਸ਼ਾ ਸੰਤ ਮੁਹਾਦਮਨ ਬਹੁਤ ਸਾਰੀਆਂ ਮੁੱਲ ਸਗਾਤਾਂ ਜਿਹੜੀਆਂ ਸੀ ਉਹ ਭੇਟ ਕਰਕੇ ਗਏ ਸੀ ਪਰ ਇਹਨਾਂ ਨੇ ਕੋਈ ਵੀ ਸਗਾਤ ਜਿਹੜੀ ਉਹ ਲੈਣ ਤੋਂ ਨਾ ਕਰ ਦਿੱਤੀ ਸੀ ਪਰ ਇਹਨਾਂ ਨੇ ਫਿਰ ਗੁਰੂਗ੍ਰੰਥ ਸਾਹਿਬ ਦਾ ਵਸਤਾ ਬਾਗੇ ਉਹ ਸਗਾਤਾਂ ਦਿੱਤੀਆਂ ਜਿਹੜੀਆਂ ਸੰਗਤ ਦੇ ਭਲੇ ਦੇ ਵਾਸਤੇ ਸੀਗੀਆਂ ऐसे सीकी प्रीत शाह बुद्धू जी दी सो इस तरह ना एक संत महात्मा ਹੋਏ ਆ ਇਹ ਜਿਹੜੇ ਸੰਤ ਮਹਾਤਮਾ ਸੀ ਹੈ ਨਾ ਜਦੋਂ ਰਾਤ ਨੂੰ ਸੋਖਾ ਹਸਣ ਹੁੰਦਾ ਸੀਗਾ ਤੇ ਉਹ ਉਸ ਟਾਈਮ ਇਹ ਸੋਖਾਂਸਣ ਵਾਲੇ ਕਮਰੇ ਦੇ ਅੰਦਰ ਚਲੇ ਜਾਂਦੇ ਸੀ ਅੰਦਰੋਂ ਕੁੰਡੀ ਲਾ ਲੈਂਦੇ ਸੀ ਜਦ ਕੁੰਡੀ ਲਾ ਲੈਂਦੇ ਸੀ ਤਾਂ 2-3 ਘੰਟੇ ਅੰਦਰ ਹੀ ਬੈਠੇ ਰਹਿੰਦੇ ਸੀ ਪਰ ਇਹਨਾਂ ਦੇ ਜਿਹੜੇ ਸੇਵਕ ਸੀ ਹਨ ਇਹਨਾਂ ਦੇ ਸੇਵਕਾਂ ਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ ਜਾ ਸੇਵਕਾਂ ਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ ਇਹ ਅੰਦਰ 2-3 ਘੰਟੇ ਕਰਦੇ ਤੇ ਕਰਦੇਗੀ ਜਦ ਇਸ ਤਰ੍ਹਾਂ ਇਹਨਾਂ ਦੀ ਇਹ ਜਿਹੜੀ ਹਰਕਤ ਸੀ ਇਹ ਸੇਵਕ ਦੇਖਦੇ ਹੁੰਦੇ ਸੋਚਦੇ ਹੁੰਦੇ ਸੀ ਵੀ ਸੰਤ ਅੰਦਰ ਜਲ ਜਾਂਦੇ ਜਦੋਂ ਸੋਖਾ ਅਸਣ ਕਰਦੇ ਆ ਮੁੜ ਕੇ ਕੋਪ ਸੋਖਾ ਅਸਣੇ ਕਮਰੇ ਚ 2-3 ਘੰਟੇ ਬਾਹਰ ਹੀ ਨਹੀਂ ਆਉਂਦੇ ਵੀ ਇਹ ਗੱਲ ਕੀ ਹੋਈ ਆ ਇੱਕ ਦਿਨ ਦੱਸਦੇ ਆ ਚੰਚੇ ਤੇ ਕਿਤੇ ਹਨਾ ਇਹ ਮਹਾਪੁਰਖ ਜਿਹੜੇ ਸੀਗਾ ਜਾਂ ਸੱਚ ਖੰਡ ਗਏ ਤੇ ਜਿਹੜੀ ਦਰਵਾਜ਼ੇ ਦੀ ਕੁੰਡੀ ਸੀਗੀ ਹਨਾ ਉਹ ਕੁਦਰਤੀ ਉਹ ਲਾਉਣੀ ਭੁੱਲ ਗਏ ਜਦ ਲੋਣੀ ਭੁੱਲ ਕੇ ਤੇ ਥੋੜਾ ਜਿਹਾ ਦਰਵਾਜਾ ਜਿਹੜਾ ਖੁੱਲਾ ਰਹਿ ਗਿਆ ਤੇ ਇਹਨਾਂ ਦੇ ਇੱਕ ਸੇਵਕ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਉਹਨੇ ਮਨ ਚ ਸੋਚਿਆ ਵੀ ਅੱਜ ਕੁੰਡੀ ਖੋਲੀ ਆ ਥੋੜਾ ਜਿਹਾ ਦਰਵਾਜਾ ਵੀ ਖੁੱਲਾ ਦੇਖੀਏ ਤਾਂ ਸਹੀ ਸੰਤ ਕਰਦੇ ਕੀ ਆ ਜਦ ਉਸਨੇ ਉਸ ਦਰਵਾਜੇ ਦੇ ਵਿੱਚ ਜਦ ਛਾਤੀ ਮਾਰ ਕੇ ਦੇਖਿਆ ਤੇ ਕੀ ਦੇਖਿਆ ਇਹ ਮਹਾਂਪੁਰਖ ਜਿਹੜੇ ਆ ਨਾ ਧਨ ਧਨ ਸਾਹਿਬ ਸ੍ਰੀ ਗੁਰਮੁਖ ਸਾਹਿਬ ਜਿਹੜੇ ਸਨਮੁਖ ਜਿਹੜੇ ਬੜੇ ਅਦਬ ਦੇ ਵਿੱਚ ਖੜੇ ਆ ਹੱਥ ਜੋੜਿਆ ਤੇ ਅਰਦਾਸ ਕਰ ਰਹੇ ਆ ਜਦ ਅਰਦਾਸ ਕਰ ਰਹੇ ਤੇ ਨੇ ਦੇਖਿਆ ਤਕਰੀਬਨ ਅੱਧਾ ਪੌਣਾ ਘੰਟਾ ਖੜੇ ਖੜੇ ਅਰਦਾਸ ਕਰੀ ਜਾਂਦੇ ਆ ਅੱਧੇ ਪੌਣੇ ਘੰਟੇ ਤੋਂ ਬਾਅਦ ਫਿਰ ਇਹਨਾਂ ਨੇ ਧੰਨ ਧੰਨ ਸ੍ਰੀ ਗੁਰਗੰਸਾਹ ਮਾਰੇ ਨੂੰ ਮੱਥਾ ਟੇਕਿਆ ਫਿਰ ਮੱਥਾ ਹੀ ਟੇਕੀ ਜਾਂਦੇ ਆ ਜਦ ਮੱਥਾ ਟੇਕੀ ਜਾਂਦੇ ਆ ਬਾਰ-ਬਾਰ ਮੱਥਾ ਟੇਕੀ ਜਾਂਦੇ ਆ ਉਸ ਤੋਂ ਬਾਅਦ ਇਹ ਸੰਤ ਫੇਰ ਖੜੇ ਉੱਠ ਕੇ ਖੜ ਗਏ ਉੱਠ ਕੇ ਖੜ ਕੇ ਉੱਠਣ ਖੜਨ ਤੋਂ ਬਾਅਦ ਇਹ ਫੇਰ ਅਰਦਾਸ ਕਰਨ ਲੱਗ ਪਏ ਜਦ ਫੇਰ ਅਰਦਾਸ ਕਰਨ ਲੱਗੇ ਫੇਰ ਅੱਧਾ ਪੌਣਾ ਘੰਟਾ ਅਰਦਾਸ ਕਰਦੇ ਰਹੇ ਫਿਰ ਮੱਥਾ ਟੇਕਣ ਲੱਪ ਜਦ ਫਿਰ ਮੱਥਾ ਟੇਕਣ ਲੱਗ ਇਦਾਂ 10-15 ਮਿੰਟ ਫਿਰ ਮੱਥਾ ਟੇਕਦੇ ਰਹੇ ਉਸ ਤੋਂ ਬਾਅਦ ਫੇਰ ਖੜੇ ਹੋ ਗਏ ਫਿਰ ਅਰਦਾਸ ਕਰਨ ਲੱਪ ਜਦ ਫੇਰ ਅਰਦਾਸ ਕਰਨ ਲੱਪ ਫੇਰ ਮੱਥਾ ਟੇਕਣ ਲੱਪ ਉਹ ਸੇਵਕ ਬੜਾ ਹੈਰਾਨ ਕਿ ਮਹਾਪੁਰਖ ਬਾਰ-ਬਾਰ ਖੜ ਕੇ ਲੰਬੀ ਅਰਦਾਸ ਕਰਦੇ ਫਿਰ ਮੱਥੇ ਟੇਕੀ ਜਾਂਦੇ ਫੇਰ ਅਰਦਾਸ ਕਰੀ ਜਾਂਦੇ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਕਰਦੇ ਕਿਉਂ ਫਖੀਰ ਜਦੋਂ 2-3 ਘੰਟਿਆਂ ਬਾਅਦ ਮਹਾਪੁਰਖ ਜਿਹੜੇ ਸੀਗੇ ਇਸ ਸੱਚਖੰਡ ਦੇ ਵਿੱਚੋਂ ਬਾਹਰ ਆਏ ਤਉ ਸੇਵਕ ਨੇ ਫਿਰ ਦੂਸਰੇ ਦਿਨ ਜਦੋਂ ਮੌਕਾ ਮਿਲਿਆ ਹਨ ਮਹਾਂਪੁਰਖਾਂ ਨੂੰ ਪੁੱਛਿਆ ਕਿ ਮਹਾਂਪੁਰਖੋ ਅੱਜ ਸਾਨੂੰ ਪਤਾ ਲੱਗਾ ਕਿ ਤੁਸੀਂ ਸੱਚਖੰਡ ਵਿੱਚ ਇਹ ਕੀ ਕਰਦੇ ਹੋ ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਨੇ ਮੁੰਡਾ ਦੇਖਿਆ ਦੇਖ ਕੇ ਕਹਿਣ ਲੱਗੇ ਲੱਗਦਾ ਹੈਗਾ ਕਿ ਤੈਂ ਸਾਡੀ ਰਾਤੀ ਹਨ ਇਸ ਤਰ੍ਹਾਂ ਸੇਵਾ ਦੇ ਵਿੱਚ ਖੜਿਆਂ ਦੀ ਜੋ ਹਰਕਤ ਆ ਤੈਂ ਦੇਖ ਲਈ ਜਦ ਇੰਨੀ ਗੱਲ ਹੋਈ ਸੱਜਣ ਕਹਿਣ ਲੱਗੇ ਹਾਂ ਜੀ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਇੰਨਾ ਨੇ ਚਿਰ ਖੜੇ ਅਰਦਾਸਾਂ ਕਰੀ ਜਾਂਦੇ ਫਿਰ ਮੱਥੇ ਟੇਕੀ ਜਾਂਦੇ ਫਿਰ ਅਰਦਾਸਾਂ ਕਰੀ ਜਾਂਦੇ ਫਿਰ ਮੱਥੇ ਟੇਕੀ ਜਾਂਦੇ ਇਸ ਤਰ੍ਹਾਂ ਕਿਉਂ ਕਰਦੇ ਜਦ ਇੰਨੀ ਗੱਲ ਹੋਈ ਤਾਂ ਮਹਾਪੁਰਖਾਂ ਦੇ ਅੱਖਾਂ 'ਚ ਜਲ ਆ ਗਿਆ ਉਹ ਇਹਨਾਂ ਨੂੰ ਕਹਿਣ ਲੱਗੇ ਕਹਿੰਦੇ ਭਾਈ ਕੀ ਕਰੀਏ ਜਦ ਸਵੇਰਾ ਹੁੰਦਾ ਹੈਗਾ ਸਵੇਰੇ ਨਿਤਨੇਮ ਤੋਂ ਬਾਅਦ ਸੰਗਤਾਂ ਦਰਸ਼ਨ ਕਰਨ ਆ ਜਾਂਦੀਆਂ ਕਹਿੰਦੇ ਅਸੀਂ ਬੋਥੇਰਾ ਸੰਗਤਾਂ ਨੂੰ ਕਹੀਦਾ ਵੀ ਸਾਨੂੰ ਮੱਥਾ ਨਾ ਟੇਕੋ ਮੱਥਾ ਨਾ ਟੇਕੋ ਮੱਥਾ ਟਿਕਣ ਤਨ ਤਨ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਮੱਥਾ ਟੇਕਿਆ ਕਰੋ ਪਰ ਕਹਿੰਦੇ ਸੰਗਤਾਂ ਹਟਦੀਆਂ ਨਹੀਂ ਅਸੀਂ ਫਿਰ ਚੁੱਪ ਕਰ ਜਾਂਦੇ ਹੁਣ ਹੁਣ ਕੀ ਕਰੀਏ ਮੋਰ ਸੰਗਤਾਂ ਮਥੇ ਟੇਕਦੀਆਂ ਸੀ ਹੁਣ ਇਹ ਨਹੀਂ ਕਹਿੰਦੇ ਵੀ ਕੋਈ ਨਾਰਾਜ਼ ਹੋਊਗਾ ਚਲੋ ਸਾਡਾ ਜਿਹੜਾ ਤਨ ਮਨ ਧਨ ਜਿਹੜਾ ਸਾਡਾ ਆਪਣਾ ਸਾਰਾ ਗੁਰੂ ਦੇ ਅਰਪਣ ਪਰ ਫਿਰ ਵੀ ਮਨ ਦੇ ਵਿੱਚ ਇਹ ਆਉਂਦਾ ਹੈਗਾ ਕਿ ਭਾਈ ਇਹ ਜਿਹੜਾ ਸਰੀਰ ਤੈਨੂੰ ਮਾਲਮ ਉਤਰ ਦਾ ਭੰਡਾ ਉਸ ਕਾਲਪੁਰਖ ਨੇ ਦਿੱਤਾ ਹੈਗਾ ਇਹਦੇ ਉੱਤੇ ਸੰਗਤਾਂ ਦਾ ਭਾਰ ਝੜਦਾ ਹੈਗਾ ਇਸ ਕਰਕੇ ਕਹਿੰਦੇ ਵੀ ਸਾਨੂੰ ਪੂਰਾ ਦਿਨ ਤਾਂ ਮੌਕਾ ਨਹੀਂ ਮਿਲਦਾ ਜਦ ਰਾਤ ਨੂੰ ਸੋਕਾ ਸੁਣ ਹੁੰਦਾ ਹੈਗਾ ਸੰਗਤਾਂ ਉੱਪਰ ਆਪਣੇ ਟਿਕਾਣੇ ਤੇ ਆਰਾਮ ਕਰਨ ਚੱਲੀਆਂ ਜਾਂਦੀਆਂ ਹੈਗਾ ਤੇ ਫੇ ਅਸੀਂ 2-3 ਘੰਟੇ ਜਿਹੜਾ ਭਾਰ ਉਹ ਵਾਹਨ ਤੰਤਨ ਗੁਰਗੁਰਾਂ ਸਾਹਿਬ ਦੇ ਚਰਨਾਂ ਦੇ ਉੱਤੇ ਲਾਉਂਦੇ ਆ ਤੇ ਬੇਨਤੀਆਂ ਕਰਦੇ ਕਿ ਭਾਰ ਸਾਡੇ ਕੋਈ ਚੱਕ ਨਹੀਂ ਹੁੰਦਾ ਤੁਸੀਂ ਕਿਰਪਾ ਕਰੋ ਇਹ ਭਾਰ ਤੁਸੀਂ ਹੀ ਚੱਕ ਸਕਦੇ ਇਹ ਤੁਹਾਡੀ ਸੋਭਾ ਮੇਰੀ ਸੋਭਾ ਨਹੀਂ ਇਸ ਤਰ੍ਹਾਂ ਅਰਦਾਸ ਬੇਨਤੀਆਂ ਕਰਦੇ ਆ ਤੇ ਉੱਥੇ ਡੰਡਉਤ ਬੰਦਨਾ ਕਰਦੇ ਆ ਬਾਰ-ਬਾਰ ਬਾਰ-ਬਾਰ ਇਸ ਤਰ੍ਹਾਂ ਅਸੀਂ 2-3 ਘੰਟੇ ਇਸ ਤਰ੍ਹਾਂ ਕਰਦੇ ਆ ਜਦ ਤੱਕ ਸਾਡਾ ਮਨ ਪੂਰੀ ਤਰ੍ਹਾਂ ਹਲਕਾ ਨਹੀਂ ਹੋ ਜਾਂਦਾ ਜਦੋਂ ਮਨ ਪੂਰੀ ਤਰ੍ਹਾਂ ਹਲਕਾ ਹੋ ਗਿਆ ਭਾਰ ਤੋਂ ਰਹਿਤ ਹੋ ਗਿਆ ਤੇ ਫਿਰ ਕਹਿੰਦੇ ਅਸੀਂ ਜਿਹੜਾ ਹੈਗਾ ਫਿਰ ਫਤਿਹ ਬੁਲਾ ਕੇ ਫਿਰ ਬਾਹਰ ਆਉਂਦੇ ਆ ਜਦ ਇਹ ਗੱਲ ਮਹਾਂਪੁਰਖਾਂ ਦਸੀ ਸੀ ਤੇ ਉਹਦੇ ਸੱਜਣ ਸੀਗੇ ਉਹ ਫਿਰ 당 ਰਹੇ ਸੀ ਮਹਾਂਪੁਰਖਾਂ ਦੀਆਂ ਇਸ ਗੱਲਾਂ ਨੂੰ ਸੁਣ ਕੇ ਸੋ ਕਹਿਣ ਤੋਂ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਇਹੋ ਜੀ ਪ੍ਰੀਤ ਜਿਹੜੀ ਆ ਉਹ ਅੰਦਰ ਘਰ ਕਰ ਜਾਂਦੀ ਆ ਫਿਰ ਉਹਨਾਂ ਦੀ ਜਿਹੜੀ ਜਿਹੜੀ ਪ੍ਰੀਤ ਹੈਗੀ ਆ ਉਹ ਜਦ ਸਮਾਂ ਪਾ ਕੇ ਪ੍ਰਗਟ ਹੁੰਦੀ ਤੇ ਕਈਆਂ ਵਸ ਸਿੱਖਿਆਦਾਇਕ ਹੁੰਦੀ ਆ ਜਿਵੇਂ ਇੱਕ ਸੱਜਣ ਮਹਾਂਪੁਰਖ ਜਿਹੜੇ ਸੀਗੇ ਉਹ ਵੀ ਜਿਹੜੇ ਸੀਗੇ ਉਹ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਖੰਡ ਵਿਖੇ ਜਦ ਜਾਂਦੇ ਹੁੰਦੇ ਸੀ ਤੇ ਉੱਥੇ ਉਹ ਦੁਪਹਿਰ ਨੂੰ ਜਾਂਦੇ ਹੁੰਦੇ ਸੀ ਦੁਪਹਿਰ ਨੂੰ ਜਾ ਕੇ ਅੰਦਰ ਤੇ ਅੰਦਰੋਂ ਕੁੰਡੀ ਲਾ ਲੈਂਦੇ ਹੁੰਦੇ ਸੀ ਤਕਰੀਬਨ ਪੂਰਾ ਦੁਪਹਿਰ ਢਾਈ ਘੰਟੇ ਅੰਦਰ ਹੀ ਬਿਠੇ ਰਹਿੰਦੇ ਸੀ ਅੰਦਰ ਬਿਠੇ ਰਹਿੰਦੇ ਸੀ ਇੱਕ ਆਈਕ ਸੱਜਣ ਨੇ ਦੇਖ ਲਿਆ ਜਾਂ ਦੇਖ ਲਿਆ ਤੇ ਉਹਨਾਂ ਨੇ ਫਿਰ ਉਮਾਪੁਰ ਨੂੰ ਪੁੱਛਿਆ ਕਿ ਦੇਖੋ ਤੁਸੀਂ ਦੁਪਹਿਰ ਨੂੰ ਅੰਦਰ ਜਾਂਦੇ ਆ ਢਾਈ ਘੰਟੇ ਅੰਦਰ ਬਿਠੇ ਰਹਿੰਦੇ ਗੁਰੂਗ੍ਰੰਥ ਸਾਹਿਬ ਜੀ ਦੇ ਸਤਖੰਡ ਵਿਖੇ ਇਸ ਤਰ੍ਹਾਂ ਤੁਸੀਂ ਉੱਥੇ ਕੀ ਕਰਦੇ ਆ ਜਦ ਇਹ ਨਹੀਂ ਗੱਲ ਹੋਈ ਤਾਂ ਮਾਪੁਰ ਕਹਿੰਦੇ ਨਹੀਂ ਕੁਝ ਨਹੀਂ ਕਰਦੇ ਉਹ ਕਹਿਣ ਲੱਗੇ ਨਹੀਂ ਜੀ ਜ਼ਰੂਰ ਤੁਸੀਂ ਨੇ ਕੁਝ ਕਰਦੇ ਆ ਉਹ ਫਿਰ ਕਹਿਣ ਲੱਗੇ ਹਾਂ ਦੱਸੋ ਕੀ ਕਰਦੇ ਆ ਤੇ ਫਿਰ ਸੰਤ ਕਹਿਣ ਲੱਗੇ ਅੱਛਾ ਕਹਿੰਦੇ ਪੁਰਖਾ ਜੇ ਤੂੰ ਪੁੱਛਣਾ ਫਿਰ ਤੈਨੂੰ ਦੱਸ ਦਿੰਦੇ ਆ ਕਿ ਜਦੋਂ ਅਸੀਂ ਜਾਂਦੇ ਆ ਨਾ ਤੇ ਸਾਨੂੰ ਕਹਿੰਦੇ ਵੀ ਬਾਹਰ ਜਦੋਂ ਸੰਗਤਾਂ ਦੀ ਅਰਦਾਸ ਕਰਨ ਦਾ ਟਾਈਮ ਨਹੀਂ ਲੱਗਦਾ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਅਰਦਾਸ ਬੇਨਤੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਅੱਗੇ ਕਰੀਏ ਪਰ ਸੰਗਤਾਂ ਆਪਣੀ ਅਰਦਾਸਾਂ ਕਰਾਉਂਦੀਆਂ ਰਹਿੰਦੀਆਂ ਹੈ ਕਿ ਸਾਡੀ ਅਰਦਾਸ ਬਾਬਾ ਜੀ ਕਰਦੇ ਹੋ ਸਾਡੀ ਅਰਦਾਸ ਕਰਦੇ ਹੋ ਇਸ ਕਰਕੇ ਅਸੀਂ ਜਿਹੜੀ ਅਸਲੀ ਅਰਦਾਸ ਕਰਨੀ ਉਹ ਤਾਂ ਅਸੀਂ ਭੁੱਲੀ ਜਾਂਦੇ ਆ ਇਸ ਕਰਕੇ ਅਸੀਂ ਦੁਪਹਿਰ ਦੇ ਸਮੇਂ ਕਿਉਂਕਿ ਸੰਗਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਦੱਸਿਆ ਹੈਗਾ ਕਿ ਅਸੀਂ ਆਰਾਮ ਕਰਨਾ ਹੈਗਾ ਇਸ ਆਰਾਮ ਦੇ ਬਹਾਨੇ ਅਸੀਂ ਸਤਖੰਡ ਦივਾਨ ਦੇ ਵਿੱਚ ਤਲੇ ਜਾਂਦੇ ਆ ਦਰਬਾਰ ਦੇ ਅੰਦਰ ਜਦ ਦਰਬਾਰ ਦੇ ਅੰਦਰ ਸਤਖੰਡ ਚ ਚਲੇ ਜਾਂਦੇ ਆ ਉੱਥੇ ਫਿਰ ਜਾ ਕੇ ਅਸੀਂ ਹਨਾ ਚੋ ਪਈ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਤੇ ਇਹ ਬਾਣੀ ਹਮਰੀ ਕੋ ਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਇਹ ਬਾਣੀ ਦਾ ਪਾਠ ਕਰਦੇ ਆ ਤੇ ਚੋਪਈ ਸਾਹਿਬ ਦੀ ਸੰਪੂਰਨ ਬਾਣੀ ਕਹਿੰਦੇ ਵੀ ਅਸੀਂ ਅੰਦਰ ਪੜ੍ਹਦੇ ਆਂ ਤੇ ਇਸ ਤਰ੍ਹਾਂ ਚੋਪਈ ਸਾਹਿਬ ਦੀ ਬਾਣੀ ਜਿਹੜੀ बार-बार ਪੜ੍ਹਦੇ ਆਂ ਤਕਰੀਬਨ ਉਹ ਮਹਾਂਪੁਰਖ ਦਾਤ ਦੇ ਸਗੇ ਕਿ ਅਸੀਂ ਰੋਜ਼ ਦਾ ਸਾਡਾ ਜਿਹੜਾ ਨੇਮ ਉਹ 85 ਪਾਠ ਚੋਪਈ ਸਾਹਿਬ ਦੇ ਇਹਨਾਂ ਟਾਈਮ ਦੇ ਵਿੱਚ ਅਸੀਂ ਪੜ੍ਹਦੇ ਆਂ ਤੇ 85 ਪਾਠ बार-बार ਇਹ ਬੇਨਤੀਆਂ ਜਿਹੜੀਆਂ ਚੋਪਈ ਸਾਹਿਬ ਦੇ ਰੂਪ ਚ ਕਰਦੇ ਆਂ ਤਫੇ ਜਾ ਕੇ ਸਾਡੇ ਮਨ ਦਾ ਠਹਿਰਾਉ ਬਣਦਾ ਹੈਗਾ ਫਿਰ ਸਾਡਾ ਜਿਹੜਾ ਮਾਨਾ ਨਾ ਹਲਕਾ ਹੋ ਜਾਂਦਾ ਹੈਗਾ ਫਿਰ ਹਾਂਜੀ ਫੋਲੋਇੰਗ ਹਲਕੇ ਹੋ ਕੇ ਵਹਾਰ ਆ ਜਾਂਦੇ ਆ ਇਸ ਤਰ੍ਹਾਂ ਸਾਡਾ ਰੋਜ਼ ਦਾ ਨੀਮ ਆ ਕਿ ਅਸੀਂ 80 85 ਪਾਠ ਚਉਪਈ ਸਾਹਿਬ ਦੇ ਕਰਨੇ ਘਟੋ ਘਟ ਵੱਧ ਜਿੰਨੇ ਮਰਜ਼ੀ ਹੋ ਜਾਣ ਉਹ ਸਤਿਗੁਰ ਜਿੰਨੀ ਸੇਵਾ ਲੈਣੀ ਚਾਵੇ ਲੈ ਲਵੇ ਫਿਰ ਫੇਰ ਵੀ ਅਸੀਂ ਸੰਗਤਾਂ ਨੂੰ ਕਿਉਂਕਿ ਬਾਅਦ ਚ ਮਿਲਣਾ ਹੁੰਦਾ ਇਸ ਕਰਕੇ ਅਸੀਂ ਫਿਰ ਉਹ 2 2.5 ਘੰਟੇ ਜਿਹੜੇ ਅੰਦਰ ਬੈਠਦੇ ਹਾਂ ਉਸ ਤੋਂ ਬਾਅਦ ਫਿਰ ਅਸੀਂ ਬਾਹਰ ਆ ਜਾਂਦੇ ਹਾਂ ਤੇ ਸੰਗਤਾਂ ਦਾ ਭਾਵ ਇਹ ਹੈ ਕਿ ਅਸੀਂ ਅੰਦਰ ਰਹਿਣਾ ਆਰਾਮ ਕਰਦੇ ਹੈਗੇ ਹਾਂ ਸੋ ਇਹੋ ਜਿਹੜੇ ਮਹਾਪੁਰਖਾ ਜਿਨ੍ਹਾਂ ਦੀ ਪ੍ਰੀਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਰਿ ਦੇ ਨਾਲ ਵਾਣਾ ਆਉਂਦੀ ਆ ਤੇ ਉਹਨਾਂ ਮਹਾਪੁਰਖਾਂ ਦੀ ਫਿਰ ਜਿਹੜੀ ਪ੍ਰੀਤ ਹੈਗੀ ਆ ਕਿੰਨੀ ਉੱਚੀ ਅਵਸਥਾ ਵਾਲੀ ਆ ਇਹ ਤਾਂ ਫਿਰ ਉਹ ਹੀ ਸੱਜਣ ਜਾਣਦੇ ਆ ਜਿਨ੍ਹਾਂ ਨੇ ਇਹਨਾਂ ਮਹਾਪੁਰਖਾਂ ਦੇ ਦਰਸ਼ਨ ਕੀਤੇ ਆ ਇਸੇ ਕਰਕੇ ਇਸ ਪੰਕਤੀ ਨੂੰ ਵਾਰ-ਵਾਰ ਜਿਹੜਾ ਹੈਗਾ ਉਹ ਮਹਾਪੁਰਖ ਜ਼ਹਰਾਉਂਦੇ ਆ ਕਿ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨੇ ਘਟੇ ਮੈਂ ਤੋਂ ਮੰਗੀ ਮੋਲੇ ਜੀ ਸਟੇ ਕਿ ਮੇਰੀ ਪ੍ਰੀਤ ਕਿਧਰ ਰੱਬ ਦੇ ਨਾਲ ਘਟਨਾ ਜਾਵੇ ਮੈਨੂੰ ਇਸ ਗੱਲ ਦਾ ਖਦਸ਼ਾ ਬਣਿਆ ਰਹਿੰਦਾ ਡਰ ਬਣਿਆ ਰਹਿੰਦਾ ਹੈਗਾ ਕਿਉਂ ਕਿਉਂਕਿ ਮੈਂ ਇਹ ਜਿਹੜੀ ਹੈ ਨਾ ਜਿੰਦ ਦੇ ਕੇ ਪ੍ਰੀਤ ਲਈ ਹੋਆ ਇਸ ਕਰਕੇ ਪ੍ਰੀਤ ਬਰਕਰਾਰ ਰਹੇ ਪ੍ਰੀਤ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਢੇਲ ਆਲਸ ਨਾ ਆ ਜਾਵੇ ਇਸ ਕਰਕੇ ਇਹ ਗੰਡ ਜਿਹੜੀ ਅਸੀਂ ਹੋਰ ਵੀ ਪੱਕੀ ਦਿੰਦੇ ਆ। ਸੋ ਐਸੀ ਆ ਇਹ ਪ੍ਰੀਤ ਜਿਸ ਪ੍ਰੀਤ ਨੂੰ ਉਸ ਦਸ਼ਮ ਪਾਦਸ਼ਾ ਨੇ ਆਪਣੀ ਬਾਣੀ ਦੇ ਵਿੱਚ ਅੰਕਿਤ ਕੀਤਾ ਹੈ ਕਿ ਜਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਹੈਗਾ ਅਸਲ ਦੇ ਵਿੱਚ ਪਰਮੇਸ਼ਰ ਉਹਨਾਂ ਨੂੰ ਪ੍ਰਾਪਤ ਹੁੰਦਾ ਉਹਨਾਂ ਨੂੰ ਮਿਲਦਾ ਉਹਨਾਂ ਦੇ ਪ੍ਰਸੰਤਾ ਦਾ ਹੱਥ ਸਦਾ ਰੱਖਦਾ ਹੈ। ਸੋ ਦਾਸ ਇਹਨੇ ਹੀ ਬਚਨ ਆਪ ਸਾਰੀਆਂ ਸੰਗਤਾਨਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾਜੀ। ਹੁਣਾਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਮਰਖਸ਼ਨੀ ਸੋ ਫਤਿਹ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ